ਅਟਾਰੀ ਵਾਲਾ ਟਰੱਸਟ ਦਾ ਜਨਰਲ ਸੈਕਟਰੀ ਹਾਂ ਜੀ। ਅੱਜ ਦੀ ਤਰੀਕ ਦੇ ਵਿੱਚ ਅਸੀਂ 10 ਫਰਵਰੀ 1846 ਨੂੰ ਸਰਦਾਰ ਸ਼ਾਮ ਸਿੰਘ ਅਟਾਰੀ ਵਾਲਿਆਂ ਦਾ ਸ਼ਹੀਦੀ ਦਿਹਾੜਾ ਹੈ। ਇਹ ਅਸੀਂ ਹਰ ਸਾਲ ਇਸ ਦਿਹਾੜੇ ਨੂੰ ਬਹੁਤ ਧੂਮਧਾਮ ਨਾਲ ਮਨਾਉਂਦੇ ਹਾਂ। ਅਮੂਮਨ ਪਿਛਲੇ 12-13 ਸਾਲ ਤੋਂ ਇਹ ਜਿਹੜਾ ਦਿਹਾੜਾ ਆ ਰਾਜ ਪੱਧਰ 'ਤੇ ਮਨਾਇਆ ਜਾਂਦਾ ਸੀਗਾ, ਪਰ ਇਸ ਲਈ ਸਾਨੂੰ ਹਰ ਸਾਲ ਬਹੁਤ ਭੱਜ ਨੱਠ ਕਰਨੀ ਪੈਂਦੀ ਸੀ, ਉਸ ਤੋਂ ਬਾਅਦ ਕਿਤੇ ਸਾਨੂੰ ਮਨਜ਼ੂਰੀ ਮਿਲਦੀ ਹੁੰਦੀ ਸੀ। ਇਸ ਸਾਲ ਵੀ ਅਸੀਂ ਬਹੁਤ ਕੋਸ਼ਿਸ਼ ਕੀਤੀ ਆ, ਪਰ ਇਸ ਸਾਲ ਸਾਨੂੰ ਰਾਜ ਪੱਧਰ ਦੇ ਉੱਤੇ ਇਹਦੀ ਮਨਜ਼ੂਰੀ ਨਹੀਂ ਮਿਲੀ। ਇਹਦੇ ਕਾਰਨ ਦਾ ਤਾਂ ਸਾਨੂੰ ਪਤਾ ਨਹੀਂ, ਪਰ ਫਿਰ ਵੀ ਅਸੀਂ ਆਪਣੇ ਇਲਾਕੇ ਵੱਲੋਂ, ਪਰਿਵਾਰ ਵੱਲੋਂ, ਸਾਰਿਆਂ ਜਾਣਿਆਂ ਨੇ ਇੱਥੇ ਸਰਦਾਰ ਪੂਰਨ ਸਿੰਘ ਸੰਧੂ ਰਣੀਕੇ, ਉਹਨਾਂ ਦਾ ਖੇਡਾਂ ਵਿੱਚ ਬਹੁਤ ਯੋਗਦਾਨ ਹੈ, ਖੇਡਾਂ ਦਾ ਸਾਰਾ ਪ੍ਰੋਗਰਾਮ ਉਹ ਆਪ ਕਰਦੇ ਆ, ਅਤੇ ਅੱਜ ਦੇ ਦਿਨ ਦੇ ਵਿੱਚ ਸਾਡੇ ਇੱਥੋਂ ਦੇ GOC ਅੰਮ੍ਰਿਤਸਰ ਦੇ ਜਨਰਲ ਉਹ ਆਏ ਸੀਗੇ ਜੀ, ਅਤੇ ਇਲਾਕੇ ਦੇ MLA ਤਰਸੇਮ ਸਿੰਘ DC। ਇਸ ਵਾਰ ਸਾਨੂੰ ਜਿਹੜਾ ਬਾਈਪਾਸ ਦੇ ਉੱਤੇ ਉਹਨਾਂ ਦੇ ਸਟੈਚੂ ਦੇ ਪ੍ਰੋਗਰਾਮ ਹੁੰਦਾ ਆ, ਉਹ ਵਾਲਾ ਸਾਨੂੰ ਰੱਦ ਕਰਨਾ ਪਿਆ ਜੀ। ਅਤੇ ਬਾਕੀ ਬਹੁਤ ਵਧੀਆ ਜੀ ਆ ਸਾਡੇ ਹਾਂਜੀ ਮੰਤਰੀ ਸਾਹਿਬ, ਇਹ ਸਾਡੇ ਜਦੋਂ ਸੀ ਉਦੋਂ ਸਾਡਾ ਬਹੁਤ ਸੌਖਾ ਹੋ ਜਾਂਦਾ ਸੀਗਾ ਜੀ, ਇਹ ਸਾਲ ਸਾਨੂੰ ਮੁਸ਼ਕਿਲ ਆਈ ਹੈ। ਅੱਜ ਕੀ ਸਮਾਗਮ ਕੀਤੇ? ਅੱਜ ਜੀ ਇੱਥੇ ਮੇਨਲੀ ਸਾਡਾ ਰੀਤ ਦਿੱਤੀ, ਸਲਾਮੀ ਦਿੱਤੀ ਹੈ ਜੀ ਆਰਮੀ ਵੱਲੋਂ ਆ ਕੇ, ਪੁਲਿਸ ਬੈਂਡ ਵੀ ਆਇਆ, ਡਿਪਟੀ ਕਮਿਸ਼ਨਰ ਆਏ, ਇਲਾਕੇ ਦੇ MLA ਤਰਸੇਮ ਸਿੰਘ DC ਉਹਨਾਂ ਨੇ ਵੀ ਹਾਜ਼ਰੀ ਭਰੀ ਆ, ਨਾਲ ਹੁਣ ਸਪੋਰਟਸ ਇਵੈਂਟ ਚੱਲ ਰਹੀਆਂ ਨੇ ਜੀ, ਅਤੇ ਸਾਰਾ ਇਲਾਕਾ ਜਿਹੜਾ ਆ ਬੜੀ ਸ਼ਰਧਾ ਨਾਲ ਧੂਮਧਾਮ ਨਾਲ ਉਹਨਾਂ ਦਾ ਸ਼ਹੀਦੀ ਦਿਹਾੜਾ ਮਨਾ ਰਿਹਾ ਜੀ। ਇਹ ਤਾਂ ਸਾਡੀ ਸਭ ਤੋਂ ਵੱਡੀ ਮੰਗ ਹੈ ਜੀ, ਅਗਲੇ ਸਾਲ ਇਹਨੂੰ ਰਾਜ ਪੱਧਰ 'ਤੇ ਮਨਾਇਆ ਜਾਵੇ। ਦੇਖੋ ਏਡੇ ਵੱਡੇ ਕੌਮ ਦੇ ਜਰਨੈਲ ਹੋਏ ਨੇ, ਅਤੇ ਇਹ ਜਿਹੜਾ ਏਡਾ ਵੱਡਾ ਦਿਹਾੜਾ ਆ ਇਹਨੂੰ ਰਾਜ ਪੱਧਰ ਹੀ ਮਨਾਇਆ ਜਾਵੇ ਅਤੇ ਤਾਂ ਹੀ ਇਹ ਸੋਹਣਾ ਲੱਗਦਾ ਜੀ। ਇਹ ਸਰਕਾਰਾਂ ਦੇ ਵੀ ਸਾਰੇ ਸ਼ਹੀਦ ਜਿਹੜੇ ਆ ਇਹ ਸਮੁੱਚੇ ਮੁਲਕ ਦੇ ਨੇ, ਨਾ ਕਿ ਇਹ ਪਰਿਵਾਰ ਦੇ ਜਾਂ ਪਿੰਡ ਦੇ। ਅਤੇ ਇਹੋ ਜਿਹੇ ਜਿਹੜੇ ਮੇਲੇ ਨੇ ਜੀ ਇਹ ਰਾਜ ਪੱਧਰ 'ਤੇ ਜ਼ਰੂਰ ਹੋਣੇ ਚਾਹੀਦੇ ਆ। ਜਰਨੈਲ ਸਰਦਾਰ ਸ਼ਾਮ ਸਿੰਘ ਅਟਾਰੀ ਵਾਲੇ, ਇਹਨਾਂ ਤੋਂ ਵੱਡੀ ਸ਼ਹਾਦਤ ਤਾਂ ਕਿਸੇ ਦੀ ਹੈ ਹੀ ਨਹੀਂ ਗੀ। ਚਲੋ ਜੀ, ਉਹ ਅਸੀਂ ਲੋੜ ਮੁਤਾਬਕ ਡਿਮਾਂਡਾਂ ਰੱਖਦੇ ਰਹਿੰਦੇ ਹਾਂ, ਇਹ ਸਰਕਾਰਾਂ 'ਤੇ ਹੈ ਜੀ। ਸਰਕਾਰ ਦਾ ਮਨ ਚਾਹੇ ਤਾਂ ਜੋ ਮਰਜ਼ੀ ਕਰ ਸਕਦੇ, ਸਰਕਾਰਾਂ ਦੇ ਹੱਥ ਬਹੁਤ ਪਾਵਰ ਹੁੰਦੀ ਹੈ ਜੀ। ਹਰ ਸਾਲ ਹੀ ਉਹਨਾਂ ਯਾਦ ਨੂੰ ਸਮਰਪਣ ਜਿਹੜਾ ਉਹ ਪਰਿਵਾਰ ਵੱਲੋਂ ਵੀ, ਇਲਾਕੇ ਵੱਲੋਂ ਵੀ ਬੜੀ ਸ਼ਰਧਾ ਅਤੇ ਬੜੇ ਪਿਆਰ ਦੇ ਨਾਲ ਜਿਹੜਾ ਸਰਕਾਰਾਂ ਨੂੰ ਵੀ ਮਨਾਇਆ ਜਾਂਦਾ। ਸਰਦਾਰ ਪ੍ਰਕਾਸ਼ ਸਿੰਘ ਵਾਲ ਸਾਹਿਬ ਨੇ ਸਰਕਾਰ ਵੇਲੇ ਪਿਛਲੀ ਵਾਰੀ ਜਿਹੜੇ ਮੁੱਖ ਮੰਤਰੀ ਸਨ, ਔਰ ਆਪ ਵੀ ਉਹ 2-3 ਵਾਰਾਂ ਉਹਨਾਂ ਨੇ ਮਨਾਇਆ, ਜਿੱਥੇ ਤੁਹਾਨੂੰ ਦੇਖਿਆ ਕਿ ਬਾਈਪਾਸ ਦੇ ਲਾਗੇ ਸਰਦਾਰ ਸ਼ਾਮ ਸਿੰਘ ਅਟਾਰੀ ਜੀ ਦਾ ਸਟੈਚੂ ਵੀ ਲੱਗਿਆ, ਉੱਥੇ ਆਪ ਤਿਆਰ ਕਰਕੇ ਉਹਨਾਂ ਨੇ ਉਹਦਾ ਉਦਘਾਟਨ ਵੀ ਆਪ ਕਰਕੇ ਗਏ ਸਨ। ਔਰ ਹਰ ਸਾਲ ਹੀ ਉਹਨਾਂ ਨੇ ਕਿਹਾ ਕਿ ਉਹਨਾਂ ਦੇ ਬਹੁਤ ਵੱਡੀ ਕੁਰਬਾਨੀ ਜਿਹੜੀ ਦੇਸ਼ ਲਈ, ਕੌਮ ਲਈ ਸਰਦਾਰ ਸ਼ਾਮ ਸਿੰਘ ਅਟਾਰੀ ਜੀ ਦੀ, ਉਹ ਹਰ ਸਾਲ ਬੜੀ ਸ਼ਰਧਾ ਦੇ ਪਿਆਰ ਨਾਲ ਸਰਕਾਰ ਵੱਲੋਂ ਵੀ ਅਤੇ ਸੰਗਤਾਂ ਵੱਲੋਂ ਵੀ ਅਤੇ ਪਰਿਵਾਰ ਵੱਲੋਂ ਵੀ ਉਹ ਮਨਾਇਆ ਜਾਇਆ ਕਰੂ ਜੀ। ਉਹਦੀ ਇਜਾਜ਼ਤ 10 ਫਰਵਰੀ ਨੂੰ ਹਰ ਸਾਲ ਹੀ ਇੱਥੇ ਮਨਾਇਆ ਜਾਂਦਾ। ਮੈਂ ਸਮਝਦਾ ਕਿ ਸਾਰੀ ਜਿੱਥੇ ਉਹਨਾਂ ਦੇ ਜਰਨੈਲ ਨੂੰ ਸਮਰਪਿਤ, ਤੁਸੀਂ ਦੇਖਿਆ ਕਿ ਇੱਥੇ ਕਬੱਡੀ ਦੇ ਵੀ ਮੈਚ ਹੋ ਰਹੇ ਨੇ, ਖੇਡਾਂ ਵੀ ਹੋ ਰਹੀਆਂ, ਔਰ ਬਹੁਤ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਜੁੜੀਆਂ ਨੇ, ਲੰਗਰ ਵੀ ਚੱਲ ਰਹੇ ਨੇ। ਔਰ ਸਾਰੀ ਅੱਜ ਦੇ ਦਿਨ 'ਤੇ ਮੈਂ ਸਮੁੱਚੀ ਮਾਨਵਤਾ ਨੂੰ, ਕੌਮ ਨੂੰ, ਹਲਕਾ ਅਟਾਰੀ ਦੀਆਂ ਸੰਗਤਾਂ ਵੱਲੋਂ, ਸਾਰੀਆਂ ਵੱਲੋਂ ਜਿੱਥੇ ਲੱਖ ਲੱਖ ਵਧਾਈ ਦਿੰਦਾ ਰਾਜਗੁਰੂ ਦੇ ਚਰਨਾਂ 'ਚ ਕਿ ਉਹਨਾਂ ਦੇ ਜੀਵਨ ਤੋਂ ਸਾਨੂੰ ਸਿੱਖਣ ਨੂੰ ਕੁਝ ਮਿਲੇ, ਪ੍ਰੇਰਨਾ ਮਿਲੇ, ਤਾਂ ਜੋ ਉਹਨਾਂ ਨੇ ਉਸ ਵੇਲੇ ਅਣਖ ਨੂੰ ਕਾਰਿਆ ਜਦੋਂ ਉਹ ਜਿਹੜੀ ਹਕੂਮਤ ਸੀ ਉਹ ਧੋਖਾ ਵੀ ਹੋਇਆ, ਤਾਂ ਉਹਨਾਂ ਨੇ ਅੰਤਮ ਸਵਾਸਾਂ ਤੱਕ ਜਿਹੜਾ ਉਹ ਦੇਸ਼ ਕੰਮ ਵਾਸਤੇ, ਮਾਨਵਤਾ ਵਾਸਤੇ ਸ਼ਹੀਦੀ ਜਿਹੜੀ ਪ੍ਰਾਪਤ ਜਿਹੜੀ ਉਹ ਕੀਤੀ ਹੈ। ਜੋ ਮਹਾਨ ਜਰਨੈਲ ਦਾ ਜਿਹੜਾ ਦਿਨ ਸਾਰੀ ਸੰਗਤਾਂ, ਇਲਾਕੇ ਦੀਆਂ ਵੀ, ਅਟਾਰੀ ਹਲਕੇ ਦੀਆਂ ਵੀ, ਅਤੇ ਬਾਹਰੋਂ ਦਿੱਤੀਆਂ ਵਿਦੇਸ਼ਾਂ ਤੋਂ ਵੀ, ਕਰਨਲ ਸਾਹਿਬ ਆ ਵੀ ਇੱਥੇ ਮੰਤਰੀ ਸਾਹਿਬ, ਇਸ ਵਾਰੀ ਕੈਪਟਨ ਸਰਕਾਰ ਵੱਲੋਂ ਜਿਹੜਾ ਸੂਬਾ ਪੱਧਰੀ ਸਮਾਗਮ ਰੱਦ ਕਰ ਦਿੱਤਾ ਗਿਆ ਜੀ, ਮੈਂ ਸਮਝਦਾ ਕਿ ਨਹੀਂ ਕਰਨਾ ਚਾਹੀਦਾ। ਬਲਕਿ ਕਿਉਂਕਿ ਜਦੋਂ ਸ਼ਹੀਦਾਂ ਦੇ ਦਿਨ ਜਦੋਂ ਮਨਾਉਣੇ ਆਪਾਂ, ਉਹ ਵੀ ਕੌਮੀ ਜਰਨੈਲ ਸਨ ਬੜੇ ਵੱਡੇ, ਇਸ ਕਰਕੇ ਉਹ ਰੱਦ ਨਹੀਂ ਕਰਨਾ ਚਾਹੀਦਾ। ਪਤਾ ਨਹੀਂ ਉਹਨਾਂ ਨੇ ਕੀ ਕਰਨਾ, ਉਹਨਾਂ ਕਿਉਂ ਕੀਤਾ, ਇਹ ਰੋਜ਼ ਦੱਸ ਸਕਦੇ ਨੇ, ਪਰ ਨਹੀਂ ਕਰਨਾ ਚਾਹੀਦਾ। ਕਿਉਂਕਿ ਸੰਗਤਾਂ ਦੇ ਵਿੱਚ ਇੰਨੀ ਸ਼ਰਧਾ, ਇੰਨਾ ਪਿਆਰ ਹੈ ਕਿ ਉਹਨਾਂ ਨੇ ਉਸ ਵੇਲੇ ਜਦੋਂ ਦੇਸ਼ ਦੀ ਖਾਤਰ, ਉਸ ਵੇਲੇ ਕੌਮ ਦੀ, ਪੰਥ ਦੀ, ਚੜ੍ਹਦੀ ਕਲਾ ਵਾਸਤੇ ਜਿਹੜੇ ਅੰਤਮ ਸਵਾਸਾਂ ਤੱਕ ਉਹਨਾਂ ਆਪਣੀ ਜਿਹੜੀ ਸ਼ਹੀਦੀ ਕੀਤੀ, ਉਸ ਕਰਕੇ ਮੈਂ ਸਮਝਦਾ ਉਹਨਾਂ ਨੂੰ ਨਹੀਂ ਕਰਨਾ ਚਾਹੀਦਾ। ਕੀ ਉਹਨਾਂ ਦੀ ਮਜਬੂਰੀ ਹੈ, ਕੀ ਉਹ ਜਿਵੇਂ ਉਹਨਾਂ ਦੇ ਕੀਤਾ ਕਾਰਨ, ਤਾਂ ਉਹ ਦੱਸ ਸਕਣਗੇ, ਪਰ ਸੰਗਤਾਂ ਜਿਹੜੀਆਂ ਮਹਿਸੂਸ ਕਰ ਰਹੀਆਂ ਨੇ ਵੀ ਨਹੀਂ ਕਰਨਾ ਚਾਹੀਦਾ, ਉਹਨਾਂ ਨੂੰ ਇਹ ਮਨਾਉਣਾ ਚਾਹੀਦਾ ਸਰਕਾਰੀ ਤੌਰ 'ਤੇ, ਬੜੀ ਵੱਡੀ ਪੱਧਰ 'ਤੇ ਜਿਹੜਾ ਨਹੀਂ ਉਹਨਾਂ ਮਨਾਇਆ। ਮੈਂ ਸਮਝਦਾ ਕਿ ਨਿਵਾਸੀਆਂ ਵੇਲੇ ਬੇਨਤੀ ਕਰਦੇ ਹਾਂ,
ਵੀ ਜਿਹੜੇ ਸ਼ਹੀਦ ਆ ਇੱਕ ਪਰਿਵਾਰ ਦੇ ਨਹੀਂ ਹੈ। ਖਾਸ ਕਰਕੇ ਟਾਰੀ ਨਗਰ ਨੂੰ ਬੇਨਤੀ ਕਰਦੇ ਹਾਂ ਕਿ ਵੱਧ ਚੜ ਕੇ ਸਮਝਾਇਆ ਕਰੇ, ਮਤਲਬ ਕਿ ਰੌਣਕਾਂ ਵਧਾਉਣ ਜੀ। ਸੰਧੂ ਸਾਹਿਬ, ਜਿਹੜਾ ਉੱਥੇ ਕਿਸਾਨਾਂ ਦਾ ਸੰਘਰਸ਼ ਚੱਲ ਰਿਹਾ ਜੀ ਟਿੱਕਰੀ ਬਾਰਡਰ ਅਤੇ ਸਿੰਘੂ ਬਾਰਡਰ 'ਤੇ, ਅਤੇ ਅਜੇ ਤੱਕ ਜਿਹੜਾ ਬੀਜੇਪੀ ਸਰਕਾਰ ਵੱਲੋਂ ਕੋਈ ਫੈਸਲਾ ਨਹੀਂ ਹੈਗਾ, ਉਹਦੇ ਬਾਰੇ ਕੀ ਕਹਿਣਾ ਚਾਹੁੰਦੇ? ਬੀਜੇਪੀ ਫੈਸਲਾ ਕਰਨਾ ਜੀ, ਤੱਕ ਸੱਚ ਦੀ ਗੱਲ ਉੱਥੇ ਕੋਈ ਗਲਤ ਮੰਗਦਾ ਕਿ ਨਹੀਂ, ਮੰਗਦਾ ਜੀ ਖੋ ਰਿਹਾ ਮਾਂ। ਨੌਜਵਾਨ ਪੀੜ੍ਹੀ ਨੂੰ ਸੁਨੇਹਾ ਦਿਓ ਜੀ ਨਸ਼ਿਆਂ ਵਿਰੁੱਧ। ਨੌਜਵਾਨ ਪੀੜ੍ਹੀ ਦੇ ਆਪ ਜੋੜਦੇ ਹਾਂ, ਬੜੇ 15-16 ਸਾਲ ਹੋ ਗਏ ਬੰਦ ਜੀ ਗੁਰੂ ਮਹਾਰਾਜ ਦੇ ਬਾਰੇ ਜੀ। ਸਭ ਤੋਂ ਗਿਣਤੀ ਸਾਰੇ ਅੰਮ੍ਰਿਤਸਰ ਦੀ ਘਰ ਹੈ, ਬੜੇ ਦੁੱਖ ਦੀ ਗੱਲ ਹੈ। ਸਾਡੇ ਨੂੰ ਸਾਰੇ ਜ਼ਿਲ੍ਹੇ ਜਦੀ ਗਿਣਤੀ ਬੈਠੀ, ਉੱਥੇ ਮੈਂ ਬਹਿ ਕੇ ਵੇਖੀ ਹੈ। ਖਬਰਾਂ ਆ ਰਹੀਆਂ ਕਿ ਜਿਹੜਾ ਉੱਥੇ ਸੰਘਰਸ਼ ਥੋੜ੍ਹਾ ਕਮਜ਼ੋਰ ਪੈਂਦਾ ਨਜ਼ਰ ਆ ਰਿਹਾ, ਇੰਟਰਨੈਟ ਜਿਹੜਾ ਬਾਰਡਰ ਆ ਉਹ ਬੰਦ ਕਰ ਦਿੱਤਾ ਗਿਆ, ਤੁਸੀਂ ਉੱਥੇ ਹੋ ਗਿਆ ਹੋ, ਕੀ ਵਿਚਾਰ? ਬਹੁਤ ਸੰਥਿਆ, ਬਹੁਤ ਜ਼ਿਆਦਾ ਸੰਥਿਆ। ਚੈਨਲ ਮੋਦੀ ਦੇ ਮੁੱਲ ਰਹੇ ਹਨ ਸਾਰੇ, ਤੁਹਾਨੂੰ ਪਤਾ ਹੀ ਆ, ਉਹ ਹੀ ਬੋਲਦੇ ਆ, ਬਰਬਾਦ ਕਰਦੇ ਆ, ਬਾਕੀ ਕੋਈ ਗੱਲਬਾਤ ਨਹੀਂ। ਬਹੁਤ ਜ਼ਿਆਦਾ ਸੰਗਤ ਚੜ੍ਹਦੀ ਕਲਾ ਉੱਥੇ, ਸਾਡੀਆਂ ਬੀਬੀਆਂ ਭੈਣਾਂ ਬੱਚੇ ਸਭ ਇੱਥੇ। ਅੱਜ ਦੇ ਬਿੱਲ ਸੰਬੰਧੀ ਮਾਮਾ ਕਹਿ